एससी विद्यार्थियों के स्कॉलरशिप मसले से चाहे संबंधित महकमे के मंत्री नूं तां क्लीन चिट मिल गई है, पर एससी समाज के संत समाज ने भी इहदे विरुद्ध संघर्ष छेड़ दिता है। साडे नाल अज संत सुरेंद्र दास जी मौजूद ने, उन्हां नाल गलबात करते हैं। मंत्री नूं क्लीन चिट मिल गई आ, कहिंदे घोटाला होया नहीं, फिर संघर्ष छेड़न दा की मतलब? गल ये है भी जिहड़ी ये पैसा आया सेंटर का, ये बहुत वड्डे पैमाने च आया। जे उन्हां नूं क्लीन चिट मिल गई है तो पैसा है कित्थे है? जे 17 तो लैके बच्चों नूं वजीफे दे पैसा नहीं गया और जिहड़े कॉलेज है वह डिग्रियां नहीं दे रहे और कॉलेज अगे कह रहे हैं भी जिन्हें अगे दाखला लेना वो पैसे नाल लैके आवे। जिहड़े समाज गरीब है, दलित समाज गरीब लोग हैं, वो किस ढंग दे नाल जिन्हां कोल रहण वास्ते एक कमरा है वह कित्थों पैसे लिया के डिग्रियां कर सके? इस करके बहुत वड्डा धोखा हो रहा दलित समाज नाल, बहुत वड्डा फराड हो रहा है। असीं चाहुंदे हां भी ये जिहड़ा दलित समाज नाल फराड हो रहा है ये पैसे नूं लभ्या जावे, पैसा किस जगह पिया है। जे उन्हां नूं क्लीन चिट मिल गई है, असीं कहिंदे हां भी क्लीन चिट देना कोई वड्डी गल नहीं है, क्लीन चिट देती है सरकार उन्हां दी है, पर जे उन्हां ने नहीं ये पैसे नूं कीता इधर उधर तो पैसा है कित्थे है? इत्थे आओ, कॉलेजां नूं देण, कॉलेजां दीआं डिग्रियां साडे बच्चिआं नूं आण ते बच्चे जिहड़े अगला दाखला लै सकण। ਤੁਸੀਂ ਇਸ ਸੰਬੰਧੀ ਸਰਕਾਰ ਨੂੰ ਵੀ ਮਿਲਿਓ, ਕਿਸੇ ਸਰਕਾਰੀ ਨੁਮਾਇੰਦੇ ਨੂੰ ਵੀ ਮਿਲਿਓ? ਨਹੀਂ, ਸਰਕਾਰੀ ਨੁਮਾਇੰਦੇ ਨੂੰ ਅਸੀਂ ਨਹੀਂ ਮਿਲੇ, ਸਰਕਾਰੀ ਨੁਮਾਇੰਦੇ ਨੂੰ ਅਸੀਂ ਇਸ ਕਰਕੇ ਨਹੀਂ ਮਿਲੇ ਕਿਉਂਕਿ ਸਾਨੂੰ ਲੱਗਦਾ ਹੈ ਵੀ ਜਿਸ ਢੰਗ ਦੇ ਨਾਲ ਇਹ ਹੋਇਆ ਹੈ, ਜਿਸ ਢੰਗ ਦੇ ਨਾਲ ਅੱਜ ਭਾਰਤ ਦੇ ਵਿੱਚ ਇਹ ਘਪਲੇਬਾਜ਼ੀ ਚੱਲੀ ਹੋਈ ਹੈ, ਸਾਨੂੰ ਲੱਗਦਾ ਵੀ ਮਿਲਣ ਦੇ ਨਾਲ ਸਾਨੂੰ ਨਹੀਂ, ਅਸੀਂ ਸੋਚਿਆ ਵੀ ਜਿਹੜੀ ਸੰਗਤ ਹੈ ਸੰਗਤ ਵਿੱਚ ਜਾ ਕੇ ਹੀ ਇਹਦਾ ਹੱਲ ਹੋ ਸਕਦਾ, ਤਾਂ ਕਿ ਸੰਗਤਾਂ ਹੀ ਜਿਹੜਾ ਸਰਕਾਰਾਂ ਬਣਾਉਂਦੀਆਂ ਸੰਗਤਾਂ ਹੀ ਇਸ ਪੈਸੇ ਨੂੰ ਲੱਭ ਸਕਦੀਆਂ, ਤਾਂ ਇਸ ਕਰਕੇ ਅਸੀਂ ਸੰਗਤ 'ਚ ਜਾਣਾ ਅੱਛਾ ਸਮਝਿਆ। ਤੁਹਾਡਾ ਅਗਲਾ ਰਸਤਾ ਕੀ ਹੋਊਗਾ, ਨੈਕਸਟ ਮੂਵਮੈਂਟ ਕੀ ਹੋਊਗੀ ਉਹਨੂੰ ਲੈ ਕੇ? ਅਗਲਾ ਰਸਤਾ ਹੈ 10 ਤਰੀਕ ਨੂੰ ਅਸੀਂ ਪੰਜਾਬ ਨੂੰ ਬੰਦ ਰੱਖਣਾ ਹੈ। ਉਸ ਦੇ ਵਿੱਚ ਅਸੀਂ ਜਿਹੜੀ ਸਾਡੀ ਕਮੇਟੀ ਬੈਠੀ ਹੈ ਸ਼੍ਰੀ ਚਰਨ ਛੋਹ ਗੰਗਾ ਸੰਤਾਂ ਮਹਾਂਪੁਰਸ਼ਾਂ ਦੀ, ਉਸ ਦੇ ਵਿੱਚ ਅਸੀਂ ਇਹ ਤਹੀਆ ਕੀਤਾ ਹੈ ਵੀ ਜਿਹੜੀਆਂ ਐਂਬੂਲੈਂਸ ਬੱਸਾਂ ਆ ਜਾਂ ਕੋਈ ਮਰੀਜ਼ ਹੈ ਜਾਂ ਕੋਈ ਏਅਰਪੋਰਟ ਜਾਣਾ ਚਾਹੁੰਦਾ ਜਾਂ ਕਿਸੇ ਨੂੰ ਸਖਤ ਬਿਮਾਰ ਹੈ ਉਹਨੂੰ ਛੂਟ ਹੈ। ਇਸ ਕਰਕੇ ਜਿਹੜਾ ਸਾਡਾ ਇਹ ਹੋਏਗਾ ਧਰਨਾ ਹੋਏਗਾ, ਇਹ ਰੋਡ 'ਤੇ ਹੋਏਗਾ, ਸੰਤ ਸਮਾਜ ਰੋਡ 'ਤੇ ਹੋਏਗਾ, ਔਰ ਵਿਦਿਆਰਥੀ ਜਿਹਨਾਂ ਦੀਆਂ ਡਿਗਰੀਆਂ ਨਹੀਂ ਦਿੱਤੀਆਂ ਗਈਆਂ, ਜਿਨ੍ਹਾਂ ਦੇ ਨਾਲ ਘੱਟੋ ਘੱਟ ਲੱਖ ਉੱਤੇ ਬੱਚਾ ਜਿਹੜਾ ਅੱਜ ਜਿਨ੍ਹਾਂ ਦਾ ਭਵਿੱਖ ਖਤਰੇ 'ਚ ਹੈ, ਅਤੇ ਉਹ ਬੱਚੇ ਸੜਕਾਂ 'ਤੇ ਹੋਣਗੇ, ਅਸੀਂ ਉਹਨਾਂ ਦੇ ਨਾਲ ਬੈਠਾਂਗੇ, ਮੋਹਰੇ ਹੋ ਕੇ ਬੈਠਾਂਗੇ। 10 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ, ਅਤੇ ਸਾਨੂੰ ਲੱਗਦਾ ਹੈ ਵੀ ਜੋ ਇਹ ਸੰਤ ਮਹਾਂਪੁਰਸ਼ ਅੱਗੇ ਆਏ ਹੈ, ਅਸੀਂ ਚਾਹੁੰਦੇ ਹਾਂ ਵੀ ਚੋਲੇ ਪਾ ਲੈਣਾ ਕੋਈ ਵੱਡੀ ਗੱਲ ਨਹੀਂ ਹੈ ਸੰਤ ਬਣਨਾ, ਪਰ ਅਗਰ ਗਰੀਬਾਂ ਲਈ ਲੜਨਾ ਹੈ, ਅਗਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਨੂੰ ਇਹ ਪੜ੍ਹ ਕੇ ਸੁਣ ਕੇ ਅਗਰ ਉਹ 'ਤੇ ਚੱਲਣਾ, ਤਾਂ ਇੱਕ ਇਹੀ ਰਸਤਾ ਹੈ, ਸੁਤੰਤਰਤਾ, ਬਰਾਬਰਤਾ, ਭਾਈਚਾਰਾ, ਇਹ ਜ਼ਰੂਰੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜਿੰਨਾ ਵੀ ਸੰਤ ਸਮਾਜ ਹੈ ਉਹ ਇਹਦੇ ਵਿੱਚ ਯੋਗਦਾਨ ਪਾਉਣ, ਹੋਰ ਸਮਾਜ ਜਿਹੜਾ ਹੈ ਅਪਰਕਾਸ਼ਟ ਹੈ ਉਹ ਵੀ ਸਹਿਯੋਗ ਪਾਉਣ, ਕਿਉਂ ਉਹਨਾਂ ਦਾ ਬੱਚਿਆਂ ਦਾ ਭਵਿੱਖ ਜਿਹੜਾ ਖਤਰੇ 'ਚ ਹੈ, ਕਿਉਂਕਿ 1600 ਕਾਲਜ ਲਗਭਗ ਪੰਜਾਬ ਦਾ ਉਹ ਬੰਦ ਹੋਣ ਜਾ ਰਿਹਾ, ਜਿਹਨਾਂ ਨੂੰ ਪ੍ਰਿੰਸੀਪਲਾਂ ਨੂੰ ਜਿਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ, ਉਹ ਪੈਸਾ ਜਿਹੜਾ ਹੈਗਾ ਉਹ ਚੋਰੀ ਹੋਇਆ, ਉਹ ਚੋਰੀ ਕਿਹਨੇ ਕੀਤਾ? ਉਹ ਸਰਕਾਰ ਦਾ ਫਰਜ਼ ਹੈ ਉਸ ਚੋਰ ਨੂੰ ਫੜਨਾ। ਅੱਜ ਅਸੀਂ ਦੇਖਿਆ ਸਿੱਖ ਸਿੱਖ ਬੁੱਧੀਜੀਵੀ ਵੀ ਤੁਹਾਡੇ ਨਾਲ ਨੇ, ਉਹਨਾਂ ਨੇ ਵੀ ਸਮਰਥਨ ਕੀਤਾ 10 ਨੂੰ ਜਿਹੜਾ ਤੁਸੀਂ ਬੰਦ ਕਰ ਰਹੇ ਹੋ, ਹੋਰ ਸੰਸਥਾਵਾਂ ਜਾਂ ਕੋਈ ਸਿਆਸੀ ਪਾਰਟੀਆਂ ਵੀ ਨਾਲ ਨੇ? ਸਿਆਸੀ ਪਾਰਟੀਆਂ ਮੇਰੇ ਖਿਆਲ ਵੀ ਉਹ ਜ਼ਰੂਰ ਉਹਨਾਂ ਨੂੰ ਸਾਥ ਦੇਣਾ ਚਾਹੀਦਾ, ਉਹਨਾਂ ਨੂੰ ਸਾਥ ਦੇਣਾ ਚਾਹੀਦਾ, ਕਿਉਂਕਿ ਇਹ ਜਿਹੜਾ ਕਪੜਾ ਹੈ ਇਹ ਤਦੇ ਹੀ ਜੇ ਉਹ ਸਾਥ ਦੇਣਗੇ ਤਾਂ ਸਾਨੂੰ ਲੱਗਦਾ ਵੀ ਅੱਗੇ ਆਉਣ ਵਾਲੀ ਜਿਹੜੀ ਸਰਕਾਰ ਹੈ ਅਤੇ ਉਹ ਵੀ ਕਪੜਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗੀ ਇਹ ਬੱਚਿਆਂ ਦੇ ਨਾਲ। ਇਹਦੇ ਨਾਲ ਹੀ ਯੂਪੀ ਦੇ ਹਾਥਰਸ ਵਿੱਚ ਇੱਕ ਦਲਿਤ ਕੁੜੀ ਦੇ ਨਾਲ ਅਨਮਨੁੱਖੀ ਘਟਨਾ ਹੁੰਦੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੋ ਲੜਕੀ ਮਨੀਸ਼ਾ ਦੇ ਨਾਲ ਘਟਨਾ ਵਾਪਰੀ ਹੈ, ਅਸੀਂ ਸਮਝਦੇ ਹਾਂ ਵੀ ਉਹ ਬਹੁਤ ਮਾੜੀ ਘਟਨਾ ਹੈ। ਮਾੜੀ ਘਟਨਾ ਦੇ ਨਾਲ ਜਿਹੜਾ ਪ੍ਰਸ਼ਾਸਨ ਹੈ ਉੱਤਰ ਪ੍ਰਦੇਸ਼ ਦਾ, ਸਰਕਾਰ ਹੈ, ਉਹ ਮਿਲੀ ਭੁਗਤ ਦੇ ਨਾਲ ਹੋਇਆ ਹੈ। ਜੋ ਕੁਛ ਕੀਤਾ ਹੈ ਉਹਨਾਂ ਬੱਚਿਆਂ ਨੇ, ਅਮੀਰਾਂ ਦੇ ਬੱਚਿਆਂ ਨੇ, ਔਰ ਜੋ ਬੱਚੀ ਦੇ ਨਾਲ ਹੋਇਆ ਉਹ ਮੰਦਭਾਗੀ ਹੈ, ਉਹ ਸਾਰੇ ਦੇਸ਼ ਦੇ 'ਚ ਇੱਕ ਵਿਵਾਦਤ ਖੜੀ ਹੋ ਗਈ ਹੈ। ਮੈਂ ਤਾਂ ਇਹ ਸਮਝਦਾ ਵੀ ਉਹ ਜਿਹੜੀ ਲੜਕੀ ਮਨੀਸ਼ਾ ਹੈ ਉਹ ਪੂਜਣ ਦੇ ਲਾਇਕ ਵੀ ਹੈ, ਉਹਨੇ ਇੱਕ ਦੇਸ਼ ਦੇ ਵਿੱਚ ਇਹੋ ਜਿਹਾ ਰਸਤਾ ਤਿਆਰ ਕਰ ਦਿੱਤਾ ਆਉਣ ਵਾਲਾ ਵੀ ਆਉਣ ਵਾਲੀਆਂ ਬੱਚੀਆਂ ਨੂੰ ਅਗਰ ਕੋਈ ਇਹੋ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸਮਝੇ ਵੀ ਮੇਰੀ ਮੌਤ ਹੈ। ਤਾਂ ਮੈਂ ਸਮਝਦਾ ਵੀ ਉਹ ਜਿਹੜਾ ਕਾਂਡ ਕੀਤਾ ਗਿਆ ਉਹ ਯੋਗੀ ਸਰਕਾਰ ਦੀ ਮਿਲੀ ਜੁਲੀ ਜਿਹੜੀ ਸਰਕਾਰ ਹੈ, ਜਿਹੜੀ ਉਹਦੇ SSP ਹੈ, DM ਹੈ, ਜਾਂ ਉਹ ਤੋਂ ਵੀ ਉੱਤੇ ਜਿਹੜੇ ਪ੍ਰਸ਼ਾਸਨ ADGP ਹੈ ਉੱਤਰ ਪ੍ਰਦੇਸ਼, ਉਹਨਾਂ ਦਾ ਸਾਰਾ ਹੀ ਮਾਮਲਾ ਅਸੀਂ ਸਮਝਦੇ ਹਾਂ।
भी जिहड़े तुहाडे मीडिया राहीं असीं अपील भी करते हैं, बेनती भी करते हैं भी जिहड़ा परचा दर्ज है बच्चों का तो हो गया है, तो उन्होंने भी जो उन्होंने रात को संस्कार करना, जे अगर वो कुछ होया ही नहीं सी तो संस्कार करना कोई जायज़ गल नहीं सी, उन्होंने सबूत मिटाए आ, तो उन्होंने खिलाफ़ भी जो 302 का परचा सरकार को दर्ज करना चाहिए, नहीं तो आने वाला समा सरकार लिए अच्छा नहीं होएगा। जी नाल ही दसो पंजाब दी दलित जथेबंदी उत्थे जाणगियां परिवार को मिलणगियां? बिल्कुल मिलणगियां, असी कोशिश कर रहे हैं भी आ 10 तरीक तो बाद असी संत समाज भी जाना चाहना, बहुत मुद्दे है उत्तर प्रदेश के, नहीं आए एक बेटी नहीं है, घट्टो घट्ट 15 दिन चार बेटिया का बलात्कार होया है, आजमगढ़ होया है, बलरामपुर होया, होर एक होर है जिला जिथे होया, इस करके 15 दिन बच्चियां मारिया गई और वह भी बच्चियां मारिया गई जी एजुकेशन पढ़ाई चो अच्छिया सी अब्बल सी, उन्होंने बच्चियों का जो रेप होया उन्होंने बच्चियों का ही कतल होया। बहुत बहुत शुक्रिया। संत समाज वालों साफ किया कि कहा जा रहा है कि ऐसी विद्यार्थियों की स्कॉलरशिप को लेकर 10 तरीक नूं पंजाब बंद किया जा रहा है, जिथे पंजाब बंद किया जा रहा उत्थे जरूरी गड्डियां एंबूलेंस होगी या कोई जरूरी पैसेंजर कोई बीमार आ उन्हें नहीं रोकया जाएगा, किसी भी तरह नहीं रोकया जाऊगा। इस दे नाल ही यूपी विच हुई घटना की निखेधी की जा रही है, उत्थे जाके भी संत समाज पंजाब का संत समाज संघर्ष विंडूगा। चंडीगढ़ तो कैमरा परसन आकाशदीप के नाल रवि जाखू।